ਵੈਲਕਮ ਬੈਕ ਇਨਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਵਰਿੰਦਰ ਸਿੰਘ ਜੀ ਦੀ ਇਹ ਲਿਖਦੇ ਹਨ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਦੂਜੀ ਈਮੇਲ ਹੈ ਤੁਹਾਨੂੰ ਮੈਂ ਸੱਚਮੁੱਚ ਹੀ ਤੁਹਾਡੀ ਸੋਚ ਦੀ ਸ਼ਲਾਘਾ ਕਰਦਾ ਹਾਂ ਮੇਰੇ ਕੋਲ ਤੁਹਾਡੇ ਲਈ ਇੱਕ ਸਵਾਲ ਹੈ ਮੇਰਾ ਕੀ ਰੋਲ ਹੋਣਾ ਚਾਹੀਦਾ ਹੈ 2015 ਵਿੱਚ ਆਪਣਾ ਹੋਮਲੈਂਡ ਖਾਲਿਸਤਾਨ ਬਣਾਉਣ ਲਈ ਜੀ ਡਾਕਟਰ ਸਾਹਿਬ ਦੱਸੋ ਇਹਨਾਂ ਨੂੰ ਜਰਾ ਇਹਨਾਂ ਦਾ ਕੀ ਰੋਲ ਹੋਣਾ ਚਾਹੀਦਾ ਹੈ ਆ ਵੀਰ ਵਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਉਹਨਾਂ ਨੇ ਸਾਨੂੰ ਲਿਖਿਆ ਵੀ ਹੈ ਦੂਸਰੀ ਵਾਰ ਲਿਖਿਆ ਹੈ ਜੀ ਉਹਨਾਂ ਨੂੰ ਟੀਵੀ 84 ਦੀ ਸੋਚ ਕਿਉਂਕਿ ਜ਼ਾਹਰ ਹੈ ਇੱਕ ਅਣਖ ਔਰ ਗੈਰਤ ਦੀ ਸੋਚ ਦੀ ਨੁਮਾਇੰਦਗੀ ਕਰਦਾ ਹੈ ਇਹ ਚੈਨਲ ਜੀ ਬਿਸ਼ੱਕ ਇਸ ਵੇਲੇ ਜਿਹੜੇ ਦੂਸਰੇ ਚੈਨਲਸ ਆਪਣੀ ਮਾਰਕੀਟਿੰਗ ਬੜੇ ਜ਼ਬਰਦਸਤ ਤਰੀਕੇ ਨਾਲ ਕਰ ਰਹੇ ਨੇ ਔਰ ਬਹੁਤ ਸਾਰਾ ਜਿਹੜੀ ਹੈ ਉਹ ਗੱਲਾਂ ਇੱਧਰ ਉੱਧਰ ਮਸਲਿਆਂ ਦੀ ਪਰ ਮੇਰਾ ਅੱਜ ਵੀ ਕਿਸੇ ਨਾਲ ਕੈਲੀਫੋਰਨੀਆ ਗੱਲ ਹੋ ਰਹੀ ਸੀ ਕਿ ਜੇ ਸ਼ੋ ਹੋਇਆ ਇੱਥੇ ਹੋਇਆ ਉੱਥੇ ਹੋਇਆ ਤਾਂ ਮੇਰਾ ਉਹਨਾਂ ਨੂੰ ਇੱਕੋ ਹੀ ਸਵਾਲ ਸੀ ਮੈਂ ਕਿਹਾ ਜੀ ਸੋਲੂਸ਼ਨ ਦੀ ਗੱਲ ਹੁੰਦੀ ਬਾਦਲ ਮਾੜਾ ਉੱਥੇ ਹੋ ਰਿਹਾ ਹੈ ਇਹ ਹੋ ਰਿਹਾ ਹੈ ਤੱਕਾ ਹੋ ਰਿਹਾ ਹੈ ਕਰਪਸ਼ਨ ਹੈ ਦੂਜਾ ਮੈਂ ਕਿਹਾ ਵੀ ਇਹ ਤਾਂ ਬਿਮਾਰੀ ਦੇ ਲੱਛਣ ਨੇ ਜੀ ਬਿਮਾਰੀ ਕੀ ਹੈ ਤੇ ਉਹਦਾ ਇਲਾਜ ਕੀ ਹੈ ਕਹਿੰਦੇ ਜੀ ਨਹੀਂ ਉੱਥੇ ਕਾਖੇ ਤਾਂ ਫਿਰ ਉਹ ਪ੍ਰਾਈਵੇਟ ਗਰਬਾਜ ਕਹਿੰਦੇ ਨੇ ਜੀ ਅਸੀਂ ਵਾਪਸ ਵੀ ਜਾਣਾ ਹੈ ਹੁਣ ਅਸੀਂ ਤਾਂ ਇੰਨਾ ਹੀ ਕਰ ਸਕਦੇ ਜੀ ਸੋ ਮੈਂ ਕਿਹਾ ਜੀ ਬਸ ਇੰਨਾ ਹੀ ਫਰਕ ਹੈ ਵੀ ਤੁਹਾਡੇ ਕੋਲ ਬੜੇ ਬੜੇ ਚੈਨਲ ਹੋਣਗੇ ਐਂਟਰਟੇਨਮੈਂਟ ਦੇ ਲਈ ਆ ਪੀਟੀਸੀ ਆ ਬਾਦਰਾ ਦੀ ਕਰਤੂਤ ਸਾਹਮਣੇ ਆਈ ਹੈ ਮਿਲੀਅਨਸ ਡੰਪ ਕੀਤੇ ਹੋਏ ਨੇ ਦਰਬਾਰ ਸਾਹਿਬ ਦਾ ਕੀਰਤਨ ਜਿਹੜਾ ਹੈ ਅੱਜ ਤੱਕ ਸਾਡਾ ਹੋਰ ਤਾਂ ਸਭ ਕੁਝ ਜਿਹੜਾ ਹੈ ਉਹ ਲੁਟੇਰਿਆਂ ਲੁੱਟ ਕੇ ਲੈ ਜਾਂਦੇ ਰਹੇ ਪਰ ਗੁਰਬਾਣੀ ਤੇ ਗੁਰਬਾਣੀ ਕੀ ਇਹ ਤਾਂ ਪੰਥ ਦਾ ਹਿਊਮੈਨਿਟੀ ਦਾ ਇਨਸਾਨੀਅਤ ਦਾ ਵਿਰਸਾ ਸੀ ਸੋ ਇਹਨਾਂ ਨੇ ਉਹਦਾ ਕਾਪੀਰਾਈਟ ਬਣਾ ਕੇ ਦਰਬਾਰ ਸਾਹਿਬ ਦਾ ਕੀਰਤਨ ਤਾਂ ਦੁਨੀਆ ਭਰ ਦੇ ਸਾਰੇ ਚੈਨਲਾਂ ਦੇ ਲਈ ਹੋਇਆ ਵੀ ਉਹਨਾਂ ਦੀ ਐਕਸੈਸ ਹੈ ਕੋਈ ਸੁਣੇ ਜੀ ਜੀ ਕੋ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਗੁਰੂ ਸਾਹਿਬ ਨੇ ਇਸ ਨੂੰ ਕਿਸੇ ਦਾ ਟ੍ਰੇਡਮਾਰਕ ਬਣਾਇਆ ਜੀ ਜੀ ਸਾਡੇ ਤਾਂ ਕਾਨਸੈਪਟ ਹੀ ਖਾ ਉਹ ਖਰਚੋ ਰਾਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ ਸੋ ਸਾਡਾ ਦਾ ਕਨਸੈਪਟ ਇਸ ਪਰ ਉਹਨਾਂ ਨੇ ਪੀਟੀਸੀ ਵੇਚਣ ਦੇ ਲਈ ਉਹ ਵੀ ਲਿਆਂਦਾ ਔਰ ਕਿਸ ਤਰੀਕੇ ਨਾਲ ਇਸ ਨਿਊਯਾਰਕ ਸਿਕਡੇ ਪੈਰੇਡ ਦੇ ਮੌਕੇ ਪਹਿਲਾਂ ਯੂਬਾ ਸਿਟੀ ਜਿਹੜਾ ਗੁਰੂਗ੍ਰੰਥ ਸਾਹਿਬ ਜੀ ਦੇ ਵਾਸਤੇ ਮੌਕੇ ਵੀ ਉਹਨਾਂ ਦੀ ਕਰਤੂਤ ਸਾਹਮਣੇ ਆਈ ਇੱਥੇ ਵੀ ਕਿਵੇਂ ਉਹਨਾਂ ਨੇ 10-15 ਮਿੰਟ ਬਾਅਦ ਸਾਰਾ ਕੁਝ ਬਲੈਕਆਊਟ ਕਰ ਦਿੱਤਾ ਕਿਸ ਕਿਸਮ ਦਾ ਰਹਿ ਜੇ ਕਿਸੇ ਹੋਰ ਚੈਨਲ ਨੇ ਇੱਥੇ ਆ ਕੇ ਕੰਪੀਟ ਕਰਨਾ ਚਾਹੇ ਕਿ ਭਈ ਕੀਤਾ ਜਾਏ ਤਾਂ ਉਹਨਾਂ ਦਾ ਉੱਥੇ ਕੀ ਹਾਲ ਕਰ ਦਿੰਦਾ ਸੋ ਮਤਲਬ ਇੱਕ ਪਾਸੇ ਇਹ ਲੋਕ ਨੇ ਔਰ ਘਟੋਕਾਟ ਅਸੀਂ ਇਸ ਜੇ ਟੀਵੀ 84 ਨੇ ਕੱਲ ਦਾ ਪਤਾ ਨਹੀਂ ਹੈ ਪਰ ਅੱਜ ਤੱਕ ਅਸੀਂ ਆਪਣੇ ਸਿਧਾਂਤ ਨਾਲ ਔਰ ਆਜ਼ਾਦੀ ਦੀ ਗੱਲ ਜਿਹਦੇ ਵਿੱਚ ਕੋਈ ਇਫ ਐਂਡ ਬਟ ਨਹੀਂ ਹੈ ਉਸ ਨਾਲ ਸਮਝੌਤਾ ਨਹੀਂ ਕੀਤਾ ਉਹਨਾਂ ਨੇ ਇਹ ਪੁੱਛਿਆ ਬੜਾ ਸਪਸ਼ਟ ਤੌਰ ਤੇ ਕਿ ਵੀ ਮਾਈ ਸੈਲਫ ਐਜ਼ ਵਰਿੰਦਰ ਸਿੰਘ ਵਟ ਰੋਲ ਆਈ ਕੈਨ ਪਲੇ ਟੂ ਕ੍ਰੀਏਟ ਖਾਲਸਤਾਨ ਇਨ 2015 ਜੀ ਵੈਰੀ ਗੁੱਡ ਕੁਐਸਚਨ ਐਂਡ a ਵੈਰੀ ਗੁੱਡ ਵੇ ਟੂ ਪ੍ਰੇਜ਼ੈਂਟਡ ਜੀ ਜੀ ਦੇਖੋ ਜਦੋਂ ਤੁਸੀਂ ਇਸ ਕਦਰ ਦੁਸ਼ਮਨ ਜਿਹੜਾ ਹੈ ਜਿਸ ਦਾ ਚਾਰਜ ਫੇਰਾ ਤੁਹਾਡੇ ਤੇ ਵਾਰ ਨਹੀਂ ਧਾਮ ਸਾਮ ਦੰਡ ਭੇਦ ਜੀ ਸਾਮ ਧਾਮ ਦੰਡ ਭੇਦ ਜਿਨ੍ਹਾਂ ਦੇ ਨੇ ਇੱਕ ਸ਼ੋਬੇ ਦੇ ਵਿੱਚ ਨਹੀਂ ਕਿ ਵੀ ਉੱਥੇ ਉਹਨਾਂ ਨੇ ਜੈਨੋਸਾਈਡ ਕੀਤਾ ਜਾਂ ਨਸ਼ੇ ਲਿਆਂਦੇ ਮੀਡੀਆ ਦੀ ਗੱਲ ਅਸੀਂ ਕੀਤੀ ਹੈ ਕਿ ਕਿਵੇਂ ਪ੍ਰੌਕਸੀ ਵਾਰ ਉਹ ਲੜ ਰਹੇ ਨੇ ਕਿਸ ਤਰੀਕੇ ਦੇ ਨਾਲ ਅਦਰਵਾਈਜ਼ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਰਸਤਿਆਂ 'ਚ ਰੁਕਾਵਟਾਂ ਖੜੀਆਂ ਕਿਵੇਂ ਕੈਟਾਂ ਖੜੀਆਂ ਕੀਤੀਆਂ ਕੋਈ ਐਕਟੀਵਿਟੀ ਚੰਗੀ ਹੋਏ ਉਚਾਰ ਜਿਹੜੇ ਨੇ ਤੁਹਾਡੇ ਵਿਰੋਧ 'ਚ ਲਿਖਣ ਲੱਗ ਜਾਂਦੇ ਨੇ ਸੋ ਮੈਂ ਸਮਝਦਾ ਹਾਂ ਵੀ ਇਹਦੇ 'ਚ ਕੋਈ ਕਿਸੇ ਇੱਕ ਨੂੰ ਕੋਈ ਸਪੈਸੀਫਿਕ ਰੋਲ ਨਿਰਧਾਰਤ ਕਰਕੇ ਨਹੀਂ ਦੇ ਸਕਦਾ ਕਿ ਉਹਨੇ ਕੀ ਰੋਲ ਅਦਾ ਕਰਨਾ ਹੈ ਜੀ ਇਹ ਤੁਸੀਂ ਆਪਣੀ ਯੋਗਤਾ ਆਪਣੀ ਸਮਰੱਥਾ ਆਪਣਾ ਪੈਸ਼ਨ ਔਰ ਮੈਂ ਅਕਸਰ ਕੰਮ ਜਦੋਂ ਵਾਇਸ ਆਫ ਖਾਲਸਾ ਦੇ ਵੀ ਇੰਟਰਵਿਊ ਕੀਤਾ ਔਰ ਮੇਰਾ ਕਨਕਲੂਡਿੰਗ ਪਾਰਟ ਇਹੀ ਹੁੰਦਾ ਕਿ ਦੇਖੋ ਅਸੀਂ ਆਨੰਦਪੁਰ ਦੇ ਪ੍ਰੀਤਮ ਨੂੰ ਆਪਣੇ ਉਸ ਪੁਰਾਣਾ ਤੋਂ ਪਿਆਰੇ ਸਤਿਗੁਰੂ ਨੂੰ ਰਜਾ ਰਹੇ ਇਸ਼ਕ ਦੀ ਖੇਡ ਹੈ ਇਸ਼ਕ ਦਾ ਪਿਆਰਿਆਂ ਨੂੰ ਰਜਾਣਾ ਹੁੰਦਾ ਔਰ ਉਹਦੇ ਸ਼ਰਤਾਂ ਵੀ ਨਹੀਂ ਹੁੰਦੀਆਂ ਇਸ਼ਕ ਦੇ ਵਿੱਚ ਔਰ ਉਸ ਦੇ ਵਿੱਚ بس ਤੁਸੀਂ ਉਸ ਪਿਆਰੇ ਦੇ ਹੁੰਦੇ ਹੋ ਪਿਆਰਾ ਤੁਹਾਡਾ ਹੁੰਦਾ ਹੈ ਜੀ ਤੇ ਹੁਣ ਉਸ ਆਨੰਦਪੁਰ ਦੀ ਧਰਤੀ ਤੇ ਪਾਈ ਨੰਦ ਲਾਲ ਦਾ ਪਿਆਰ ਉਹਨਾਂ ਦੇ ਕਲਮ ਰਾਈ ਐ ਚੱਲਦਾ ਹੈ ਜਦੋਂ ਮੈਂ ਉਹਨਾਂ ਦੀਆਂ ਗਜ਼ਲਾਂ ਰੁਬਾਈਆਂ ਦੇਖਦਾ ਕਿ ਜਿਵੇਂ ਦਰਿਆ ਕੜ ਪਾਟ ਕੇ ਪਿਆਰ ਦਾ ਚਾਰਚ ਫੇਰੇ بس ਉਸ ਤੋਂ ਬਿਨਾ ਕੋਈ ਹੈ ਹੀ ਨਹੀਂ ਉਹਨਾਂ ਦੇ ਲਈ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਔਰ ਇਸੇ ਤਰ੍ਹਾਂ ਜੇ ਪਾਈ ਕਨੇਯਾ ਨੇ ਉਹਨਾਂ ਨੇ ਪਾਣੀ ਦੀ ਮੁਸ਼ਕ ਜਿਹੜੀ ਹੈ ਉਹ ਚੁੱਕੀ ਹੈ ਉਨੋਂ ਉਹ ਸੱਜਣ ਹੈ ਦੁਸ਼ਮਣ ਹੈ ਹਰ ਇੱਕ ਦੇ ਵਿੱਚ ਉਹੀ ਨਜ਼ਰ ਆਉਂਦਾ ਜਿਵੇਂ ਭਾਈ ਵੀਰ ਸਿੰਘ ਨੇ ਕਿਹਾ ਕਿ ਤੈਨੂੰ ਪਿਆ ਪਲਾਵਾ ਤੈਨੂੰ ਪਿਆ ਪਲਾਵਾ ਪਾਣੀ ਮੇਰੇ ਦਿਲ ਦੇ ਸਾਈਂ ਕਿ ਮੇਰੇ ਦਿਲ ਦੇ ਪਿਆਰੇ ਸਾਈਂ ਮੈਨੂੰ ਤਾਂ ਨਜ਼ਰ ਜਦੋਂ ਸਿੱਖਾਂ ਨੇ ਸ਼ਿਕਾਇਤ ਕੀਤੀ ਗਈ ਜਿਨ੍ਹਾਂ ਨੂੰ ਅਸੀਂ ਜ਼ਖਮੀ ਕਰਕੇ ਛੱਡਦੇ ਆਂ ਇਹ ਫਿਰ ਪਾਣੀ ਪਿਆ ਕੇ ਤਗੜਾ ਕਰ ਦਿੰਦੇ ਨੇ ਜੀ ਤੋਂ ਕਹਿੰਦਾ ਮੈਂ ਤੈਨੂੰ ਪਿਆ ਪਲਾਵਾ ਪਾਣੀ ਮੇਰੇ ਦਿਲ ਦੇ ਸਾਈਂ ਮੇਰੇ ਦਿਲ ਦੇ ਮਾਲਕ ਸਤਿਗੁਰੂ ਮੈਂ ਤਾਂ ਤੁਹਾਨੂੰ ਜਲ ਛਕਾਂਦਾ ਜਿੱਧਰ ਮੈਂ ਦੇਖਦਾ ਉਧਰ ਮੈਨੂੰ ਤੁਸੀਂ ਨਜ਼ਰ ਆਂਦੇ ਹੁਣ ਉਹ ਵੀ ਪਿਆਰਿਆਂ ਨੂੰ ਰਿਝਾ ਰਹੇ ਨੇ ਔਰ ਇਧਰ ਭਾਈ ਬਚੱਤਰ ਸਿੰਘ ਨਾਟੇ ਕੱਦਦੇ ਉਧਰ ਮਸਤ ਹਾਥੀ ਉਹਦੇ ਚ ਸ਼ਰਾਬ ਉਹਨੂੰ ਪਿਆਈ ਹੈ ਉਹਦੇ ਤਵੇ ਜੜੇ ਹੋਏ ਨੇ ਪਿੱਛੇ ਫੌਜ ਹੈ ਪਹਾੜੀਆਂ ਦੀ ਦੁਨੀ ਚੰਦ ਵਰਗੇ ਦੌੜ ਜਾਂਦੇ ਨੇ ਤੇ ਇਹ ਗੁਰੂ ਦਾ ਸਿੱਖ ਜਿਹੜਾ ਹੈ ਗੁਰੂ ਨੂੰ 나ਗਣੀ ਕੁੰਡਲੀਦਾਰ ਜਿਹੜਾ ਵਰਛਾ ਹੁੰਦਾ ਉਹਨੂੰ 나ਗਣੀ ਕਹਿੰਦੇ ਨੇ ਔਰ ਕੋ ਦੂਜੀ ਨਾਗਣੀ ਨਹੀਂ ਹੁੰਦੀ ਹੈ ਵੜੀ ਜੀ ਉਹਨੂੰ ਦੰਦਦਾ ਕਿ ਵੀ ਆ 75 ਸਿੰਘ ਪਈ ਹਾਥੀ ਨਾਲ ਹਾਥੀ ਥੋੜੀ ਮੁਕਾਬਲਾ ਕਰਦਾ ਹੈ ਹਾਥੀ ਤਾਂ ਦੌੜ ਗਿਆ ਗੁਰੂ ਕਾ ਜਿਹੜਾ ਸੀ ਕੋਹਾਂ ਦਾ ਦੁਨੀ ਜਾਨ ਇਹ ਹਾਥੀ ਦਾ ਮੁਕਾਬਲਾ ਸ਼ੇਰ ਕਰਦਾ ਗੁਰੂ ਕਾ ਸ਼ੇਰ ਹੈ ਜੀ ਉਹ ਤੁਰ ਪੈਂਦਾ ਰਹਿ ਕੇ ਉਹ ਜਾ ਕੇ ਉਹਨੂੰ ਭਜਾ ਕੇ ਆ ਜਾਂਦਾ ਗੁਰੂ ਦੇ ਚਰਨਾਂ 'ਚ ਸੀਸ ਰੱਖਦਾ ਹੈ ਗੁਰੂ ਸਾਹਿਬ ਕਹਿੰਦੇ ਭਾਈ ਆ ਗਏ ਕਹਿੰਦੇ ਮਹਾਰਾਜ ਤੁਹਾਡਾ ਹੁਕਮ ਹਾਥੀ ਭਜਾਉਣ ਦਾ ਸੀ ਜੇ ਤੁਸੀਂ ਰਹਿਮਤ ਕਰਦੇ ਤੇ ਹਾਥੀ ਨੂੰ ਮੈਂ ਇਹ ਜੀ ਕਹਿੰਦੇ ਤਾਂ ਮੈਂ ਇਸ ਨਾਗਣੀ ਦੇ ਉੱਤੇ ਚੁੱਕ ਕੇ ਲੈ ਆਉਂਦਾ ਜੀ ਸੋ ਹੁਣ ਗੱਲ ਇੰਦਾ ਐਂਡ ਨਾ ਤਾਂ ਉਹਨਾਂ ਦਾ ਕੋਈ ਕੰਮ ਘਟ ਐ ਨਾ ਉਹਨਾਂ ਦਾ ਬਟ ਜ਼ਾਹਰ ਐ ਕਿ ਜਦੋਂ ਅਸੀਂ ਭਾਈ ਬਚਿੱਤਰ ਸਿੰਘ ਜਾਂ ਇਹ ਸਾਰੇ ਵਾਕਿਆ ਨੂੰ ਦੇਖਦੇ ਆਂ ਇੱਕ ਗੱਲ ਇਸ ਸਾਰੇ ਚੋਂ ਨਿਕਲਦਾ ਐ ਕਿ ਹਰ ਇੱਕ ਦੇ ਲਈ ਆਪਣੀ ਕੈਪੇਬਿਲਿਟੀ ਆਪਣੀ ਸੈਂਸਿਬਿਲਿਟੀ ਔਰ ਸੈਂਸਿਟੀਵਿਟੀ ਤੇ ਦੂਸਰਾ ਜਿਹੜਾ ਗੁਰਬਾਣੀ ਦਾ ਕ੍ਰਾਈਟੇਰੀਆ ਐ ਕਿ ਜੈਸਾ ਵਿਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ ਜੀ ਬਹੁਤ ਵਾਰ ਮੈਂ ਇਹਨਾਂ ਦਿਨਾਂ ਚ ਵੀ ਦੇਖਦਾ ਹਾਂ ਪਹਿਲੇ ਪਿਛਲੇ ਸਾਲਾਂ ਚ ਵੀ ਦੇਖਿਆ ਕੁਝ ਵੀਰ ਜਿਹੜੇ ਪਹਿਲਾਂ ਬਹੁਤ ਉਤਸ਼ਾਹ ਹੁੰਦੇ ਨੇ ਸਾਲਕ ਤੱਕ ਉਹਨਾਂ ਦਾ ਅੱਧਾਕ ਹੁੰਦਾ ਦੋਕਸਾਰ ਬਾਅਦ ਮੇਰੇ ਬਿਲਕੁਲ ਹੀ ਖੁਸ਼ਕ ਹੋਇਆ ਹੁੰਦਾ ਕਉਂਕਿ ਪਹਿਲਾਂ ਤਾਂ ਐ ਹੁੰਦਾ ਉਹਨਾਂ ਦਾ ਸੋ ਮੈਂ ਸਮਝਦਾ ਐ ਵੀ ਇੱਕ ਸੰਘਰਸ਼ ਇਸ ਭਾਵਨਾ ਦੇ ਨਾਲ ਪਹਿਲੀ ਗੱਲ ਤਾਂ ਅਸੀਂ ਜਿਹੜਾ ਉਹ ਕਰਤਾ ਨਹੀਂ ਹੈ ਕਰਤਾ ਨਿਰੰਕਾਰ ਹੈ ਦੇਸ਼ਕਾਲ ਨਿਰੰਕਾਰ ਦੇ ਹੱਥ ਵਿੱਚ ਅਸੀਂ ਉਸ ਦੇ ਛੋਟੇ ਜਿਹੇ ਪੁਰਜ਼ੇ ਔਰ ਸਿੱਖ ਦੇ ਨਾਤੇ ਅਸੀਂ ਕੀ ਫਰਜ਼ ਅਦਾ ਕਰ ਸਕਦੇ ਹਾਂ ਜਿਹਨੂੰ ਗੁਰੂ ਨੇ ਜੋ ਸਮਰਤਾ ਦਿੱਤੀ ਹੈ ਕਿਸੇ ਕੋਲ ਕਲਮ ਹੈ ਕਿਸੇ ਕੋਲ ਤਲਵਾਰ ਹੈ ਕਿਸੇ ਨੂੰ ਗੁਰੂ ਨੇ ਸ਼ਹੀਦੀ ਦਾ ਜਿਹੜਾ ਉੱਤਮ ਜਿਹੜਾ ਸਖਰ ਦਾ ਬੇਰ ਹੈ ਹੈ ਨਹੀਂ ਜਿਹੜਾ ਸਭ ਤੋਂ ਮਿੱਠਾ ਮੇਵਾ ਹੈ ਤਾਂ ਸ਼ਹੀਦੀ ਹੈ ਔਰ ਮੈਂ ਸਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਅਖੀਰਲੀ ਸਪੀਚ ਜਦੋਂ ਸੁਣਦਾ ਜਿਹੜੀ ਬੇਸ਼ੱਕ ਮੈਂ ਵੀ ਉਸ ਦੀਵਾਨ ਦੇ ਵਿੱਚ ਮੌਜੂਦ ਵੀ ਸੀ ਕੋ ਸਪੀਕਰ ਵੀ ਸੀ ਪਰ ਕਈ ਵਾਰ ਜਦੋਂਸੀਂ ਬਾਰ-ਬਾਰ ਸੁਣਦੇ ਹਾਂ ਉਹ ਇਵੇਂ ਹੀ ਹੈ ਉਹਨਾਂ ਨੂੰ ਜਿਵੇਂ ਉਹ ਗੁਰੂ ਨੇ ਸੱਦ ਲਿਆ ਉਹ ਸ਼ਹੀਦ ਦਾ ਰਤਬਾ ਕਹਿ ਰਹੇ ਨੇ ਕਿ ਸ਼ਹੀਦ ਕੀ ਉਹਨਾਂ ਨੇ ਕਿਹਾ ਕਿ ਭਈ ਉਹ ਫਿਰ ਸਭ ਤੋਂ ਉੱਪਰ ਚਲਾ ਜਾਂਦਾ ਉਹਨੂੰ ਪਰਵਾਹ ਨਹੀਂ ਹੁੰਦੀ ਆਲਾ ਦਵਾੜਾ ਕੀ ਹੋ ਰਿਹਾ ਸੋ ਅਸੀਂ ਸਮਝਦੇ ਹਾਂ ਵੀ ਅਸੀਂ ਵੀਰ ਵਰਿੰਦਰ ਸਿੰਘ ਉਹਨਾਂ ਨੂੰ ਇਹੀ ਕਹਾਂਗੇ ਕਿ ਭਈ ਉਹਨਾਂ ਦੀ ਕੀ ਸਿਚੁਏਸ਼ਨ ਹੈ ਕਿਵੇਂ ਲੇਕਿਨ ਆਪਣੇ ਆਪ ਨੂੰ ਸਮਰਪਿਤ ਕਰੋ ਜੇ ਕੋਈ ਇਸ ਪਾਸੇ ਤੁਰਦਾ ਜਿੰਨਾ ਵੀ ਕਦਮ ਤੁਰਦਾ ਉਹ ਤੁਰੇ ਜ਼ਰੂਰ ਔਰ ਇਸ ਗੱਲ ਦੇ ਲਈ ਇਸ ਗੱਲ ਨੂੰ ਮਨ 'ਚ ਰੱਖ ਕੇ ਕਿ ਭਾਈ ਇਹ ਸੰਘਰਸ਼ ਸੌਖਾ ਵੀ ਨਹੀਂ ਹੈ ਜੀ ਦੁਸ਼ਮਣ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਹੈ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਹੈ ਸਾਡੇ ਸੀਮਤ ਰਿਸੋਰਸ ਨੇ ਪਹਿਲੀ ਵਿਰੋਧਤਾ ਘਰਾਂ 'ਚੋਂ ਸ਼ੁਰੂ ਹੁੰਦੀ ਹੈ ਇੱਕ ਬੀਬੀ ਜੀ ਜਿਨ੍ਹਾਂ ਨਾਲ ਕੱਲ ਮੇਰੀ ਗੱਲ ਹੋ ਰਹੀ ਸੀ ਕੈਲੀਫੋਰਨੀਆ ਸੋ ਦੱਸ ਰਹੇ ਸੀ ਉਹਨਾਂ ਨੇ ਟ੍ਰਾਂਟੋ ਵਿਜ਼ਿਟ ਕੀਤਾ ਹੈ ਕਾਨਫਰੰਸ ਦੇ ਲਈ ਇਕਲੇ ਹੋਰ ਉਹਨਾਂ ਨੇ ਜਨਾ ਕੋਲ ਠਹਿਰੇ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਬੀਬੀਆਂ ਪੜੀਆਂ ਲਖੀਆਂ ਉਹਨਾਂ ਦਾ ਦੱਸ ਰਹੇ ਸੀ ਕੋਈ ਕਹਿੰਦਾ ਤੁਸੀਂ ਕਿਹੜੇ ਪਾਸੇ ਤੁਰੇ ਹੋ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕਿ ਜੀ ਇਹ ਇਹ ਦੂਜਿਆਂ ਨੇ ਵੀ ਕਹਿਣਾ ਕਰਦਿਆ ਨੇ ਵੀ ਦੂਰ ਹੀ ਰੋ ਇਹ ਬੀਬੀ ਆਪ ਤਾਂ ਜਿਹੜੀ ਹੈ ਇਸ ਪਾਸੇ ਆਏ ਨੇ ਦੂਜਿਆਂ ਨੂੰ ਵੀ ਕਰਨ ਸੋ ਕਹਿਣ ਦਾ ਮਤਲਬ ਹੈ ਵੀ ਇਹ ਇੱਕ ਪਾਰਟ ਹੈ ਔਰ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਅਕਸਰ ਪੰਜਾਬ ਚ ਗੱਲ ਕਹੀ ਜਾਂਦੀ ਹੈ ਕਿ ਭਈ ਭਗਤ ਸਿੰਘ ਘਰ ਘਰ ਜੰਮੇ ਗਵੰਡੀਆਂ ਦੇ ਜੰਮੇ ਸਾਡੇ ਘਰੇ ਨਾ ਜੰਮੇ ਜੀ ਕਿ ਵੀ ਹੂੰ ਤਾਂ ਸ਼ਲਾਘਾ ਕਰੋ ਕਿ ਵੀ ਦੂਜਾ ਹੋ ਰਿਹਾ ਪਰ ਤੁਸੀਂ ਆਪ ਤਿਆਰ ਨਹੀਂ ਹੁੰਦੇ ਕਿ ਉਸ ਪਾਸੇ ਦੇ ਲਈ ਤੁਸੀਂ ਤੁਰਨੇ ਸੋ ਅਸੀਂ ਇਵਨ ਹੀ ਹੈਵੀ ਭਗਤ ਸਿੰਘ ਬਣਾਉਣੇ ਨੇ ਇਹ ਤਾਂ ਜਿਹਨੂੰ ਗੁਰੂ ਨੇ ਜਿੱਧਰ ਤੋਰਨਾ ਹੈ ਤੁਰ ਪੈਣਾ ਪਰ ਇਹ ਰਿਜ਼ੋਲਵ ਜ਼ਰੂਰ ਹੋਏ ਕਿ ਵੀ ਅਸੀਂ ਆਪਣਾ ਬਣਦਾ ਹਿੱਸਾ ਜ਼ਰੂਰ ਪਾਈਏ ਅਕਿਰਤ ਕਰ ਨਾ ਬਣੀਏ ਔਰ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ ਜਿਹੜਾ ਉਹ ਆਪਣੇ ਆਪ ਨੂੰ ਅਗੇ ਤੋਰੀਏ ਪੇਸ਼ ਕਰਨੀ ਕਰੀ ਜੀ ਰੋਰ ਸੈਸਨਾਂ ਲੈਣੇ ਬ੍ਰੇਕ ਵੀਰ ਦੱਸਣਾ ਇਸ ਤਰ੍ਹਾਂ ਬਨੇ ਰੋ ਮਿਲਦੇ ਆਫਟਰ ਦੇ ਸ਼ਾਰਟ ਬ੍ਰੇਕ